पंजाबी ग्रुप्स ਦੇ ਗਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਐਸ ਆਲਵੇਜ਼ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ, ਜੋ ਕਿ ਜੁੜੀ ਹੋਈ ਹੈ ਇੱਕ ਆਉਣ ਵਾਲੀ ਫਿਲਮ ਫੌਜੀ ਬੈਂਡ ਦੇ ਨਾਲ। ਫਿਲਮ ਦਾ ਪੋਸਟਰ ਹਾਲ ਹੀ ਦੇ ਵਿੱਚ ਸਾਡੇ ਸਾਹਮਣੇ ਆ ਚੁੱਕਿਆ ਹੈ ਅਤੇ ਇਸ ਫਿਲਮ ਦੇ ਵਿੱਚ ਜੋ ਲੀਡ ਰੋਲ ਨਿਭਾਉਣ ਵਾਲੇ ਨੇ ਉਹ ਐਕਟਰ ਕਾਫੀ ਜ਼ਿਆਦਾ ਮਲਟੀ ਟੈਲੈਂਟਡ ਨੇ, ਯਾਨੀ ਕਿ ਐਕਟਰ ਵੀ ਨੇ, ਡਾਇਰੈਕਟਰ ਵੀ ਨੇ, ਰਾਈਟਰ ਵੀ ਨੇ ਅਤੇ ਸਿੰਗਰ ਵੀ ਨੇ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਨਵ ਬਾਜਵਾ ਦੀ, ਜੋ ਕਿ ਇਸ ਫਿਲਮ ਦੇ ਵਿੱਚ ਸਾਨੂੰ ਲੀਡ ਰੋਲ 'ਤੇ ਨਜ਼ਰ ਆਉਣ ਵਾਲੇ ਨੇ। ਅਤੇ ਖਾਸ ਗੱਲ ਇਹ ਵੀ ਹੈ ਕਿ ਇਸ ਫਿਲਮ ਦੇ ਜ਼ਰੀਏ ਬਾਲੀਵੁੱਡ ਐਕਟਰ ਅਮੀਸ਼ਾ ਪਟੇਲ ਵੀ ਬਾਲੀਵੁੱਡ ਦੇ ਵਿੱਚ ਡੈਬਿਊ ਕਰ ਰਹੇ ਨੇ, ਯਾਨੀ ਕਿ ਫਿਲਮ ਦੇ ਵਿੱਚ ਨਵ ਬਾਜਵਾ ਦਾ ਸਾਥ ਨਿਭਾਉਣਗੇ ਅਮੀਸ਼ਾ ਪਟੇਲ ਅਤੇ ਇਹਨਾਂ ਦੋਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰਬੀ ਸਾਂਗਾ, ਹੌਬੀ ਧਾਲੀਵਾਲ, ਪ੍ਰਕਾਸ਼ ਗਾਧੂ, ਪਰਵਿੰਦਰ ਸਿੰਘ ਅਤੇ ਅਮਨ ਸਿੰਘ ਦੀਪ ਵਰਗੇ ਕਈ ਆਰਟਿਸਟ ਵੀ ਸਾਨੂੰ ਨਜ਼ਰ ਆਉਣ ਵਾਲੇ ਨੇ। ਫਿਲਮ ਨੂੰ ਲਿਖਿਆ ਹੈ ਨਵ ਬਾਜਵਾ ਨੇ ਅਤੇ ਡਾਇਰੈਕਟ ਵੀ ਨਵ ਬਾਜਵਾ ਕਰ ਰਹੇ ਨੇ। ਉੱਥੇ ਹੀ ਜੇ ਗੱਲ ਕਰੀਏ DOP ਦੀ ਅਤੇ ਗਿਫਟੀ ਕੰਗ ਨੇ DOP। ਫਿਲਮ ਦੇ ਗਾਣਿਆਂ ਦੇ ਵਿੱਚ ਮਿਊਜ਼ਿਕ ਹੋਣ ਵਾਲਾ ਹੈ ਉੱਲੂ ਮਿਨਾਟੀ ਦਾ। ਡਾਇਲੋਗ ਲਿਖੇ ਨੇ ਟਾਟਾ ਬੈਨੀਪਾਲ ਅਤੇ ਅਮਨ ਸਿੱਧੂ ਨੇ। ਉੱਥੇ ਹੀ ਫਿਲਮ ਦੇ ਪ੍ਰੋਡਿਊਸਰਸ ਦੀ ਗੱਲ ਕਰੀਏ ਅਤੇ ਰਣਜੰਗ ਸਿੰਘ, ਹਰਮਨ ਬੰਗਰ ਅਤੇ ਅਮਰਿੰਦਰ ਸਿੰਘ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਫਿਲਮ ਦੀ ਪ੍ਰੈਜੈਂਟੇਸ਼ਨ ਦੀ ਗੱਲ ਕਰੀਏ ਤਾਂ ਫਿਲਮ ਨੂੰ ਪ੍ਰੈਜੈਂਟ ਕਰ ਰਹੇ ਨੇ ਯੂਨੀਵਰਸਲ ਪੰਜਾਬੀ ਸਟੂਡੀਓਜ਼, ਯਾਨੀ ਕਿ ਇਸ ਬੈਨਰ ਥੱਲੇ ਫਿਲਮ ਨੇ ਰਿਲੀਜ਼ ਹੋ ਜਾਣਾ। ਉੱਥੇ ਹੀ ਗੱਲ ਕਰੀਏ ਨਵ ਬਾਜਵਾ ਦੀ, ਅਤੇ ਉਹ ਮਲਟੀ ਟੈਲੈਂਟਡ ਨੇ, ਅਸੀਂ ਸਾਰੇ ਜਾਣਦੇ ਹਾਂ। ਉਹਨਾਂ ਨੇ ਆਪਣਾ ਐਕਟਿੰਗ ਡੈਬਿਊ ਪਿਓਰ ਪੰਜਾਬੀ, ਜਾਂ ਕਹਿ ਲਈਏ ਪੂਰੇ ਪੰਜਾਬੀ ਦੇ ਰਾਹੀਂ ਕੀਤਾ ਸੀ। ਅਤੇ ਉੱਥੇ ਡਾਇਰੈਕਟੋਰੀਅਲ ਡੈਬਿਊ ਉਹਨਾਂ ਨੇ ਫਿਲਮ ਰੇਡੂਆ ਬਣਾ ਕੇ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਐਕਟਿੰਗ ਵੀ ਆਪ ਕੀਤੀ ਸੀ। ਜਿਸ ਤੋਂ ਬਾਅਦ ਉਹ ਕਿੱਟੀ ਪਾਰਟੀ ਅਤੇ ਇਸ਼ਕਾ ਵਰਗੀਆਂ ਫਿਲਮਾਂ ਨੂੰ ਵੀ ਆਪ ਡਾਇਰੈਕਟ ਕਰ ਚੁੱਕੇ ਨੇ ਅਤੇ ਹੁਣ ਸਾਡੇ ਲਈ ਲੈ ਕੇ ਆ ਰਹੇ ਨੇ ਫੌਜੀ ਬੈਂਡ, ਜਿਸ ਨੂੰ ਲਿਖਿਆ ਅਤੇ ਡਾਇਰੈਕਟ ਦੋਵੇਂ ਨਵ ਬਾਜਵਾ ਨੇ ਹੀ ਕੀਤਾ। ਅਤੇ ਹੁਣ ਫਿਲਮ ਦੀ ਰਿਲੀਜ਼ ਡੇਟ ਦੇ ਬਾਰੇ ਆਖਿਰ 'ਤੇ ਗੱਲ ਕਰੀਏ ਤਾਂ ਉਸਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੋਈ ਪਰਟੀਕੁਲਰ ਰਿਲੀਜ਼ ਡੇਟ ਫਿਲਹਾਲ ਸਾਂਝੀ ਨਹੀਂ ਕੀਤੀ ਗਈ ਹੈ। ਜਿਵੇਂ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪੰਜਾਬੀ ਗਰੂਵਸ ਦੇ ਜ਼ਰੀਏ। ਇਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ।